ਸੀਨੀਅਰ ਵਰਲਡ ਚੈਂਪੀਅਨਸ਼ਿਪ ਹੋ ਰਹੀ ਹੈ ਨੌਰਵੇ 2 ਤੋਂ 10 ਅਕਤੂਬਰ ਨੂੰ, ਉਹਦੇ ਲਈ ਸਿਲੈਕਸ਼ਨ ਹੋਈ ਹੈ। ਇੰਡੀਆ 'ਚ ਟਰਾਇਲ ਹੋਏ ਸੀ ਦਿੱਲੀ ਆਈਜੀ ਸਟੇਡੀਅਮ 'ਚ, ਉੱਥੇ ਫਸਟ ਪੋਜੀਸ਼ਨ ਆਈ। ਅਤੇ ਕਿੰਨੇ ਕੁ ਲੋਕ ਹੈਗੇ ਜਿਹੜੇ ਰੈਸਲਿੰਗ ਕਰਦੇ ਆ ਅਖਾੜੇ ਵਿੱਚ ਜਾਂ ਵੈਸੇ ਜਿਹੜੇ ਗੇਮ ਦੇ ਵਿੱਚ ਕੰਪੀਟੀਸ਼ਨ? ਕੰਪੀਟੀਸ਼ਨ ਤਾਂ ਪੂਰਾ ਆਲ ਇੰਡੀਆ ਰੈਸਲਿੰਗ ਕਰਦੇ ਜੀ, ਰੈਸਲਿੰਗ ਦਾ ਕੰਪੀਟੀਸ਼ਨ ਸੀਨੀਅਰ ਲੈਵਲ 'ਤੇ ਤਾਂ ਬਹੁਤ ਜ਼ਿਆਦਾ। ਅਤੇ ਕਿੰਨੇ ਲੋਕ ਸੀਗੇ ਜਿਨ੍ਹਾਂ 'ਚੋਂ ਤੁਹਾਡੀ ਸਿਲੈਕਸ਼ਨ ਹੋਈ? ਵੇਟ ਕੈਟਾਗਰੀ 'ਚ 86 'ਚ, ਮਤਲਬ ਪਹਿਲਾਂ ਨੈਸ਼ਨਲ ਹੁੰਦਾ, ਨੈਸ਼ਨਲ ਜਿਹੜੇ ਮੈਡਲਿਸਟ ਹੁੰਦੇ ਪਹਿਲੇ ਚਾਰ ਜਣੇ ਸੀ ਅਸੀਂ, ਉਹਨਾਂ ਦੇ ਦੁਬਾਰਾ ਫਿਰ ਟਰਾਇਲ ਹੋਏ। ਅਤੇ ਪਹਿਲਾਂ ਮੈਂ 74 ਵਿੱਚ ਖੇਲਿਆ ਸੀਗਾ, ਹੁਣ ਵੇਟ ਵਧਾ ਕੇ 86 ਵਿੱਚ ਟਰਾਇਲ 'ਤੇ ਉਹ 'ਚ ਫਸਟ ਆਇਆ। ਅਤੇ ਕਿੱਥੇ ਦੇ ਰਹਿਣ ਵਾਲੇ? ਮੇਰਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ, ਬੁਰਜਰਾਠੀ ਪਿੰਡ। ਅਤੇ ਹੁਣ ਤੁਸੀਂ ਪ੍ਰੈਕਟਿਸ ਕਿੱਥੇ ਚੱਲ ਰਹੀ ਤੁਹਾਡੀ? ਇੱਥੇ ਖੰਨੀ ਚੱਲ ਰਹੀ ਹੈ, ਇੱਥੇ ਅਖਾੜ ਦੇ ਵਿੱਚ, ਮੁਕੇਸ਼ ਕੁਮਾਰ SPO ਅਤੇ ਕੋਚ ਸਾਹਿਬ ਸੁਖਮਿੰਦਰ ਕੋਚ ਸਾਹਿਬ ਨੇ। ਕਿੰਨੀ ਦੇਰ ਤੋਂ ਤੁਸੀਂ ਪ੍ਰੈਕਟਿਸ ਕਰਦੇ ਹੋ? 9 ਸਾਲ ਹੋ ਗਏ ਇੱਥੇ ਮੈਨੂੰ, 2012 ਦੇ ਵਿੱਚ ਸਟਾਰਟ ਕੀਤੀ ਖੰਨੇ, ਇੱਥੇ ਸਟਾਰਟ ਕੀਤੀ। ਅਤੇ ਆਪਣਾ ਘਰ ਛੱਡ ਕੇ ਤੁਸੀਂ ਖੰਨੇ ਪ੍ਰੈਕਟਿਸ ਕਰਦੇ ਹੋ? ਹਾਂਜੀ। ਮੁਸ਼ਕਿਲ ਕੋਈ? ਹੁਣ ਤਾਂ ਵੈਸੇ ਕੋਈ ਮੁਸ਼ਕਿਲ ਨਹੀਂ, ਜੋ ਸਟਾਰਟਿੰਗ 'ਚ ਆਏ ਸੀ ਛੋਟੇ ਸੀ ਉਦੋਂ ਥੋੜ੍ਹਾ ਅਜੀਬ ਲੱਗਿਆ ਜੀ, ਘਰਦੇ ਦੂਰ ਹੋਏ ਸੀ, ਬਾਅਦ 'ਚ ਫਿਰ ਸੈੱਟ ਹੋਏ। ਕਿੰਨੀ ਏਜ ਹੋ ਚੁੱਕੀ? ਮੇਰੀ 21 ਸਾਲ ਹੋ ਗਈ ਇਸ ਟਾਈਮ। ਅਤੇ 21 ਸਾਲ ਦੀ ਤੁਹਾਡੀ ਉਮਰ ਹੈ, ਤੁਹਾਡੀ ਸਿਲੈਕਸ਼ਨ ਹੋਈ ਹੈ? ਹਾਂਜੀ। ਅਤੇ ਕਿੱਦਾਂ ਦਾ ਮਹਿਸੂਸ ਹੋਇਆ? ਵਧੀਆ ਵਧੀਆ ਫੀਲ ਹੋ ਰਿਹਾ ਇਹ ਚੀਜ਼, ਮਤਲਬ ਜੋ ਮਿਹਨਤ ਕੀਤੀ ਉਹਦਾ ਫਲ ਮਿਲ ਰਿਹਾ। ਤੁਸੀਂ ਹੁਣ 21 ਸਾਲ ਦੀ, ਹੁਣ ਤੁਹਾਡੀ ਉਮਰ ਹੈ, ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ? 12-13, 12.5 ਸਾਲ ਇੰਨੇ। ਤੁਹਾਨੂੰ ਲੱਗਦਾ ਤੁਹਾਡਾ ਮਿਹਨਤ ਦਾ ਫਲ ਤੁਹਾਨੂੰ ਮਿਲ ਰਿਹਾ? ਹਾਂਜੀ ਮਿਲ ਰਿਹਾ ਜੀ। ਅੱਗੇ 2024 ਓਲੰਪਿਕ ਦਾ ਟਾਰਗੇਟ ਹੈ ਪੈਰਿਸ, ਉਹ 'ਚ ਗੋਲਡ ਮੈਡਲ ਜਿੱਤਣਾ। ਅਤੇ ਪਹਿਲਾਂ ਕਿਹੜੇ ਕਿਹੜੇ ਮੈਡਲ ਤੁਸੀਂ ਜਿੱਤ ਚੁੱਕੇ ਹੋ, ਕਿਹੜੇ ਕਿਹੜੇ ਕੰਪੀਟੀਸ਼ਨ ਲੜੇ? ਜੂਨੀਅਰ ਨੈਸ਼ਨਲ 'ਚੋਂ ਗੋਲਡ ਹੈ ਜੀ, ਜੂਨੀਅਰ ਏਸ਼ੀਆ 'ਚੋਂ ਬਰੋਂਜ ਮੈਡਲ, ਸੀਨੀਅਰ ਨੈਸ਼ਨਲ 'ਚੋਂ 2 ਵਾਰ ਗੋਲਡ ਹੈ ਲਗਾਤਾਰ। ਪੰਜਾਬ ਦਾ ਸੀਨੀਅਰ ਫਰੀ ਸਟਾਈਲ ਦੇ ਵਿੱਚ 1-2 ਦੋਨੋਂ ਸਾਲ ਲਗਾਤਾਰ ਗੋਲਡ ਮੈਡਲ ਹੈ। ਅਤੇ ਜਦੋਂ ਤੁਸੀਂ ਉਰੇ ਪ੍ਰੈਕਟਿਸ ਕਰਦੇ ਹੋ, ਖੁਰਾਕ ਕਿਹੋ ਜੀ? ਖੁਰਾਕ ਆਪਣੀ ਜੋ ਨੈਚੁਰਲ ਡਾਇਟ, ਪਹਿਲਾਂ ਬ੍ਰੇਕਫਾਸਟ ਫਿਰ ਲੰਚ ਡਿਨਰ, ਮਤਲਬ ਨੌਨ ਵੈਜ ਪ੍ਰੋਟੀਨ ਵਾਲੀ ਚੀਜ਼ ਜ਼ਿਆਦਾ ਖਾਈ ਜੀ, ਮਸਲਾਂ ਰਿਕਵਰੀ ਲਈ। ਅਤੇ ਜਿਹੜੀ ਤੁਸੀਂ ਹੁਣ ਇੰਟਰਨੈਸ਼ਨਲ ਤੁਸੀਂ ਖੇਡਣ ਜਾ ਰਹੇ ਹੋ, ਹਾਂਜੀ, ਅਤੇ ਕਿਸ ਤਰੀਕੇ ਨਾਲ ਤੁਹਾਨੂੰ ਕਿੰਨਾ ਕੰਪੀਟੀਸ਼ਨ ਔਖਾ ਹੋਇਆ? ਫਿਲਹਾਲ ਤਾਂ ਕੋਈ ਔਖਾ ਨਹੀਂ, ਵਧੀਆ ਤਿਆਰੀ ਚੱਲ ਰਹੀ ਹੈ ਜੀ, ਅੱਗੇ ਉਮੀਦ ਹੈ ਮੈਡਲ ਵੀ ਜ਼ਰੂਰ ਆਊ ਵਰਲਡ ਚੈਂਪੀਅਨਸ਼ਿਪ 'ਚੋਂ। ਕਿੰਨੇ ਜਣੇ ਤੁਸੀਂ ਜਿਹੜੇ ਜਾ ਰਹੇ ਹੋ ਇੰਡੀਆ 'ਚ? 10 ਜਣੇ ਦੀ ਟੀਮ ਹੁੰਦੀ ਹੈ ਜੀ, 10 ਵੇਟ ਕੈਟਾਗਰੀ ਨੇ, ਫਰੀ ਸਟਾਈਲ ਦੇ ਵਿੱਚ 10 ਜਣੇ ਅਸੀਂ। ਅਤੇ ਪੰਜਾਬ 'ਚ ਇਕੱਲਾ ਜੀ, ਕਿੱਦਾਂ ਦਾ ਮਹਿਸੂਸ ਹੋ ਰਿਹਾ? ਵਧੀਆ ਲੱਗ ਰਿਹਾ ਜੀ, ਮਤਲਬ ਜੋ ਕਰ ਰਹੇ ਹਾਂ ਬਸ ਉਹਦਾ ਫਲ ਮਿਲ ਰਿਹਾ, ਮਿਹਨਤ ਕਰੀ ਹੈ। ਅਗਲਾ ਟਾਰਗੇਟ ਤੁਹਾਡਾ? ਮੇਨ ਟਾਰਗੇਟ 2024 ਓਲੰਪਿਕ ਆ ਜੀ, ਉਹ ਜੋ ਗੋਲਡ ਮੈਡਲ ਜਿੱਤਣਾ, ਅਤੇ ਨੈਕਸਟ ਈਅਰ ਕਾਮਨਵੈਲਥ ਗੇਮ, ਏਸ਼ੀਅਨ ਗੇਮ ਜਾ ਰਹੇ, ਉਹਨਾਂ ਦੀ ਤਿਆਰੀ ਚੱਲ ਰਹੀ ਜੀ। ਅਤੇ ਜਿੱਦਾਂ ਹੁਣ ਤੁਸੀਂ ਇੰਟਰਨੈਸ਼ਨਲ ਖੇਡਣ ਜਾ ਰਹੇ ਹੋ, ਹਾਂਜੀ, ਅਤੇ ਇਸ ਦਾ ਕੋਈ ਕ੍ਰਾਈਟੇਰੀਆ ਵੀ ਹੈ ਓਲੰਪਿਕ ਵਾਸਤੇ ਜਾਂ? ਇਹ ਵਰਲਡ ਚੈਂਪੀਅਨਸ਼ਿਪ ਹੈ, ਹਰ ਸਾਲ ਹੁੰਦੀ ਜੀ, ਮਤਲਬ ਇਹ ਹਰ ਸਾਲ ਟੂਰਨਾਮੈਂਟ ਹੁੰਦਾ ਹੈ, ਇਹ ਰੈਸਲਿੰਗ ਦੇ, ਯੂਨਾਈਟਡ ਵਰਲਡ ਰੈਸਲਿੰਗ ਦੇ ਅੰਡਰ ਆ ਵਰਲਡ ਚੈਂਪੀਅਨਸ਼ਿਪ। ਅਤੇ ਤੁਹਾਨੂੰ ਓਲੰਪਿਕ ਜਾਣ ਵਾਸਤੇ ਕੀ ਕਰਨਾ ਜੀ? ਓਲੰਪਿਕ ਜਾਣ ਵਾਸਤੇ ਜੀ, 2023 ਦੇ ਵਿੱਚ ਕੁਆਲੀਫਾਈ ਟੂਰਨਾਮੈਂਟ ਸ਼ੁਰੂ ਹੋਣੇ ਆ, ਜੇ 2023 ਦੇ ਵਿੱਚ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਊਗੀ ਉਸ ਵਿੱਚ ਜਿਹੜੇ ਪਹਿਲੇ 6 ਹੋਣਗੇ ਉਹ ਕੁਆਲੀਫਾਈ ਕਰਨਗੇ, ਉਦੋਂ ਬਾਅਦ ਦੋ ਤਿੰਨ ਟੂਰਨਾਮੈਂਟ ਹੋਰ ਹੁੰਦੇ ਆ, 2-3 ਮੌਕੇ ਕੁਆਲੀਫਾਈ ਕਰਨ ਦੇ, ਉਹ 2023 'ਚ ਸਟਾਰਟ ਹੋਣਾ ਜੀ। ਅਤੇ ਪੰਜਾਬ ਇਹਦੇ ਵਿੱਚ ਮਾਹੌਲ ਕਿੱਦਾਂ ਦਾ ਹੈ ਪਲੇਅਰਸ ਲਈ? ਵੈਸੇ ਹੁਣ ਤਾਂ ਫਿਲਹਾਲ ਠੀਕ ਚੱਲ ਰਿਹਾ ਸਾਰਾ ਕੁਛ। ਜਿੱਦਾਂ ਤੁਸੀਂ ਰੈਸਲਿੰਗ ਕਰਦੇ ਹੋ, ਹਾਂਜੀ, ਰੈਸਲਿੰਗ ਵਾਸਤੇ ਠੀਕ ਹੈ ਜਾਂ ਬਾਕੀ ਓਵਰਆਲ ਵੀ ਤੁਹਾਨੂੰ ਠੀਕ ਲੱਗ ਰਿਹਾ? ਸਰਕਾਰ ਵੱਲੋਂ ਵੈਸੇ ਇੰਨੀ ਸਪੋਰਟ ਨਹੀਂ ਹੈਗੀ, ਮਤਲਬ ਜੋ ਵੀ ਸਪੋਰਟਸਮੈਨ ਆਪਦੇ ਉੱਪਰ ਆਪਦੇ ਉੱਪਰ ਡਿਪੈਂਡ ਆ, ਉਹੀ ਆਪਣੇ ਉੱਪਰ ਖਰਚਾ ਕਰਦੇ ਦੇ ਰਿਹਾ, ਉਵੇਂ ਕਰ ਰਿਹਾ। ਅਤੇ ਤੁਹਾਡੀ ਫੈਮਿਲੀ ਤੁਹਾਨੂੰ ਖਰਚਾ? ਹਾਂਜੀ, ਫੈਮਿਲੀ ਪੂਰੀ ਸਪੋਰਟ ਹੈ, ਫੈਮਿਲੀ ਖਰਚਾ ਦਿੰਦੀ। ਜੇ ਨੋਰਮਲ ਬੰਦਾ ਚਾਹੇ ਕਿ ਉਹ ਖਰਚਾ ਕਰ ਸਕਦਾ ਇੰਨਾ? ਰੈਸਲਰ ਨੇ ਹੁਣ ਜੀ 30-40 ਹਜ਼ਾਰ ਰੁਪਏ ਮੰਥ ਦਾ ਖਰਚਾ ਆ ਜਾਂਦਾ, ਇੱਕ ਜੇ ਵਧੀਆ ਰੈਸਲਰ ਆ, ਡਾਇਟ ਡੂਇਟ ਜੋ ਵੀ ਕੁੱਲ ਮਿਲਾ ਕੇ ਆਪਣਾ, ਇਹ ਨੋਰਮਲ ਪਰਿਵਾਰ ਤਾਂ ਕਿੱਥੋਂ ਕਰ ਸਕਦੇ ਜੀ। ਇਹ ਜਿੱਦਾਂ ਪਹਿਲਾਂ ਤੁਸੀਂ ਮੈਡਲ ਵਗੈਰਾ ਲੈ ਕੇ ਆਏ ਹੋ, ਹਾਂਜੀ, ਇਹ ਤੁਹਾਨੂੰ ਕਦੇ ਜੋਬ ਵਾਸਤੇ ਆਫਰ ਆਈ? ਨਹੀਂ ਜੀ, ਕਿਤੋਂ ਆਫਰ, ਮਤਲਬ ਆਪਣਾ ਸੈਂਟਰ ਗੌਰਮੈਂਟ 'ਚੋਂ, ਏਅਰਫੋਰਸ 'ਚੋਂ ਆਈ ਸੀ, ਰੇਲਵੇ 'ਚੋਂ ਆ ਰਹੇ ਨੇ, ਪੰਜਾਬ ਗੌਰਮੈਂਟ ਵੱਲੋਂ ਕੁਛ ਨਹੀਂ। ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੀ ਪੀੜ੍ਹੀ ਨੂੰ? ਵੀ ਆਪਣਾ ਕੋਈ ਵੀ ਗੇਮ ਦੇ ਵਿੱਚ ਨਸ਼ਾ ਦੂਰ ਹੋ, ਗੇਮ ਦੇ ਵਿੱਚ ਲੱਗੋ, ਵੀ ਆਪਣਾ ਇੱਕ ਟਾਰਗੇਟ ਲੈ ਕੇ ਚੱਲੋ, ਕੋਈ ਵੀ ਜੇ ਅੱਗੇ ਵਧਣਾ ਟਾਰਗੇਟ ਲਾਈਫ 'ਚ ਤਾਂ ਆਸੇ ਪਾਸੇ ਧਿਆਨ ਨਹੀਂ ਜਾਊਗਾ ਆਪਣਾ, ਇੱਕ ਧਿਆਨ ਰੱਖੋ। ਅਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ? ਬਸ ਖੇਡਾਂ ਨੂੰ ਜ਼ਿਆਦਾ ਜ਼ਿਆਦਾ ਸਪੋਰਟ ਕੀਤਾ ਜਾਵੇ, ਬੱਚਿਆਂ ਨੂੰ ਛੋਟੇ, ਮਤਲਬ ਜੋ ਸਬ ਜੂਨੀਅਰ ਦੇ ਲੈਵਲ ਦੇ ਆ, ਉਹਨਾਂ ਨੂੰ ਜੇ ਕਿਤੋਂ ਮੈਡਲ ਆਉਂਦੇ ਉਹਨਾਂ ਨੂੰ ਕੁਛ ਦੇਣ, ਤਾਂ ਉਹ ਅੱਗੇ ਹੋਰ ਵੀ ਵਧੀਆ ਤਰੀਕੇ ਨਾਲ ਕਰਨਗੇ, ਉਹਨਾਂ ਨੂੰ ਕੋਈ ਚੀਜ਼ ਅੱਗੇ ਰਸਤਾ ਦਿਖੇ।